ਬ੍ਰੈਂਪਟਨ ਵਿੱਚ ਚੱਲ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕਾਮਿਆਂ ਦੇ ਧਰਨੇ ਨੂੰ ਪੂਰੇ 80 ਦਿਨ ਬੀਤ ਗਏ ਹਨ। ਇਸ ਵਕਫੇ ਦੌਰਾਨ ਇਹ ਵਿਦਿਆਰਥੀ ਅਤੇ ਕਾਮੇ ਆਪਣੇ ਸਾਰੇ ਦਿਨ ਤਿਉਹਾਰ ਇਸੇ ਜਗ੍ਹਾ 'ਤੇ ਮਨਾ ਰਹੇ ਹਨ। ਅੱਜ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਮੌਕੇ ਯਾਦ ਕਰ ਰਹੇ ਹਨ। ਅਸੀਂ ਉਹਨਾਂ ਦੀ ਜ਼ਬਾਨੀ ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਨੂੰ ਸਮਝਣ ਦਾ ਯਤਨ ਕਰਾਂਗੇ ਅਤੇ ਇਸ ਤੋਂ ਇਲਾਵਾ ਇਸ ਮੋਰਚੇ ਦਾ 80 ਦਿਨਾਂ ਦਾ ਸਫ਼ਰ ਕਿਵੇਂ ਰਿਹਾ ਇਸ ਨੂੰ ਵੀ ਸਮਝਾਂਗੇ। ਧਰਨੇ 'ਤੇ ਬੈਠੇ ਵਿਦਿਆਰਥੀਆਂ ਮੁਤਾਬਕ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਲਈ ਪ੍ਰੇਰਨਾ ਸਰੋਤ ਹਨ, ਜਿਨ੍ਹਾਂ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਵੱਡਾ ਸੰਘਰਸ਼ ਕੀਤਾ ਸੀ। ਆਏ ਤਾਂ ਕਰਤਾਰ ਸਿੰਘ ਸਰਾਭਾ ਵੀ ਇੱਥੇ ਇੱਕ ਐਜ਼ ਆ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ 'ਤੇ ਆਏ ਸੀਗੇ ਅਤੇ ਬਾਅਦ ਵਿੱਚ ਉਹ ਜਦੋਂ ਸੋਹਣ ਸਿੰਘ ਭਕਨਾ ਜੀ ਦੇ ਕੰਟੈਕਟ ਦੇ ਵਿੱਚ ਆਉਂਦੇ ਨੇ ਤਾਂ ਉਸ ਤੋਂ ਬਾਅਦ ਵਿੱਚ ਉਹ ਗਦਰ ਲਹਿਰ ਨੂੰ ਜੁਆਇਨ ਕਰਦੇ ਨੇ। ਗਦਰ ਲਹਿਰ ਦੇ ਪੇਪਰ ਲਿਖਣ ਦੇ ਵਿੱਚ ਉਹਨਾਂ ਨੇ ਟਾਈਪਿੰਗ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਰੋਲ ਹੁੰਦਾ ਸੀਗਾ ਜਦੋਂ ਆਪਾਂ ਪੇਪਰ ਡਿਸਟ੍ਰੀਬਿਊਸ਼ਨ ਦੇ ਵਿੱਚ। ਉਸ ਤੋਂ ਬਾਅਦ ਵਿੱਚ ਲੋਕਾਂ ਨੂੰ ਲੋਬਿੰਗ ਕਰਨੀ, ਦੇਸ਼ ਸੇਵਾ ਦੇ ਵਿੱਚ ਪ੍ਰੇਰਿਤ ਕਰਕੇ ਇੱਥੋਂ ਇਕੱਠੇ ਕਰਕੇ ਅਤੇ ਭਾਰਤ ਲੈ ਕੇ ਜਾਣਾ ਉਹਨਾਂ ਨੂੰ ਉਹਦੇ ਵਿੱਚ, ਅਤੇ ਇੱਕ ਉਹਨਾਂ ਨੂੰ ਕਿਹਾ ਜਾਂਦਾ ਹੁੰਦਾ ਇਹ ਤੂਫਾਨਾਂ ਦਾ ਸ਼ਾਹ ਸਵਾਰ, ਠੀਕ ਹੈ ਜੀ। ਅਤੇ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਜੋ ਸਟਰਗਲ ਫੇਸ ਕੀਤੀ, ਜੋ ਰੇਸਿਜ਼ਮ ਉਹਨਾਂ ਨੇ ਦੇਖਿਆ, ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਪ੍ਰੇਰਨਾ ਦਿੰਦੀਆਂ ਨੇ ਅਤੇ ਉਹਦੇ ਕਰਕੇ ਹੀ ਅੱਜ ਅਸੀਂ ਇੱਥੇ ਸਾਰੇ ਜਣੇ ਇਕੱਠੇ ਹੋਏ ਸੀਗੇ। ਸੰਘਰਸ਼ਾਂ ਦੇ ਦਿਨ ਚੱਲਦੇ ਪਏ ਨੇ ਸਾਡੇ ਲਈ ਵੀ, ਤਾਂ ਉਹਨਾਂ ਨੂੰ ਯਾਦ ਕਰਕੇ ਇੱਕ ਹਿੰਮਤ, ਇੱਕ ਹੌਸਲਾ ਲੈ ਕੇ ਤਾਂ ਉਹਨਾਂ ਦੇ ਰਾਹਾਂ 'ਤੇ ਚੱਲਣ ਦੀ ਇੱਕ ਕੋਸ਼ਿਸ਼ ਚੱਲ ਰਹੀ ਹੈ। 80 ਦਿਨ ਤੁਹਾਨੂੰ ਬੀਤ ਗਿਆ, ਦਿਨ ਰਾਤ ਇੱਥੇ ਧਰਨਾ ਚੱਲ ਰਿਹਾ, ਕਿੱਦਾਂ ਅਰੇਂਜ ਕਰ ਰਹੇ ਹੋ ਤੁਸੀਂ ਸਾਰਾ ਕੁਛ ਇੱਥੇ ਰੋਡ 'ਤੇ ਬੈਠ ਕੇ, ਕਿਉਂਕਿ ਦਿਨ ਰਾਤ ਇੱਕੋ ਜਗ੍ਹਾ ਬੈਠਣਾ ਔਰ ਇੱਥੇ ਕੋਈ ਜਿਹੜੀ ਬੇਸਿਕ ਸਹੂਲਤ ਆ ਉਹ ਵੀ ਨਹੀਂ ਆ, ਤਾਂ ਕੀ ਕੁਛ ਤੁਸੀਂ ਇੱਥੇ ਸਫ਼ਰ ਕਰ ਰਹੇ ਹੋ? ਮੈਂ ਜਿੰਨਾ ਕੁ ਸਫ਼ਰ ਹੰਢਾਇਆ ਮੈਨੂੰ ਤਾਂ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਵੀ ਇੱਥੇ ਸੋਣਾ ਇੱਕ ਆਮ ਜਿਹੀ ਗੱਲ ਨਹੀਂ ਹੈਗੀ, ਕਿਉਂਕਿ ਟੈਂਪਰੇਚਰ ਜਿਹੜਾ ਡਾਊਨ ਦਿਨ ਬਰ ਦਿਨ ਜਾ ਰਿਹਾ ਅਤੇ ਸਾਨੂੰ ਉਹ ਚੀਜ਼ਾਂ ਲਈ ਤਿਆਰ ਹੋਣਾ ਪੈਣਾ ਅਤੇ ਹੋ ਵੀ ਰਹੇ ਹਾਂ ਅਸੀਂ ਕਿਤੇ ਨਾ ਕਿਤੇ। ਮੈਂ ਪਰਸਨਲੀ ਜੇ ਮੈਂ ਕਹਾਂ ਤਾਂ ਮੈਂ ਕਈ ਰਾਤਾਂ ਇਸ ਟੈਂਟ 'ਚ ਬਿਤਾਈਆਂ ਅਤੇ ਮੈਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਵੀ ਜਦੋਂ ਆਪਾਂ ਰਾਤ ਨੂੰ ਪੈਂਦੇ ਹਾਂ ਸਾਨੂੰ 2 ਦੀ ਥਾਂ 'ਤੇ 3-3 4-4 ਕੰਬਲ ਵੀ ਕਈ ਵਾਰ ਲੈਣੇ ਪਏ, ਜਿਨ੍ਹਾਂ ਕਰਕੇ ਸਾਨੂੰ ਆਪਦੇ ਹੀ ਸਰੀਰ ਦਾ ਨੁਕਸਾਨ ਵੀ ਕਿਤੇ ਨਾ ਕਿਤੇ ਝੱਲਣ ਦੀ ਇੱਕ ਕਹਿ ਦਈਏ ਵੀ ਝੱਲਣਾ ਪਿਆ। ਮੈਨੂੰ ਇਹ ਲੱਗਦਾ ਵੀ ਠੰਡ ਜਿਹੜੀ ਵੱਧ ਰਹੀ ਆ ਦਿਨ ਬਰ ਦਿਨ, ਸਾਨੂੰ ਉਹ ਚੀਜ਼ ਨੂੰ ਗੌਰ ਰੱਖਣਾ ਪੈਣਾ ਵੀ ਹਾਂ ਇੱਥੇ ਕੋਈ ਪਰਮਾਨੈਂਟ ਸਾਨੂੰ ਹੱਲ ਦੇਖਣਾ ਪੈਣਾ ਇਸ ਚੀਜ਼ ਦਾ। ਅਸੀਂ ਇਹੀ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜੇ ਇਸ ਚੀਜ਼ ਦਾ ਸਮਾਧਾਨ ਹੋ ਜਾਵੇ ਅਤੇ ਕਿਤੇ ਨਾ ਕਿਤੇ ਵੀ ਸਲਿਊਸ਼ਨ ਆ ਜਾਵੇ ਤਾਂ ਸਾਨੂੰ ਸਾਰਿਆਂ ਨੂੰ ਖੇੜੇ ਮੱਥੇ ਇਹ ਮੋਰਚਾ ਚੱਕਣਾ ਪੈਂਦਾ ਤਾਂ ਅਸੀਂ ਉਹ ਚੱਕ ਦਾਂਗੇ। ਪ੍ਰਦਰਸ਼ਨਕਾਰੀਆਂ ਅਨੁਸਾਰ ਕਦੇ ਮੀਂਹ ਹਨੇਰੀ ਦੀ ਮਾਰ ਅਤੇ ਹੁਣ ਠੰਡ ਦਾ ਪ੍ਰਕੋਪ ਉਹਨਾਂ ਨੂੰ ਝੱਲਣਾ ਪੈ ਰਿਹਾ ਹੈ, ਪਰ ਇਸ ਸਭ ਦੇ ਦਰਮਿਆਨ ਉਹ ਆਪਣੇ ਭਵਿੱਖ ਦੇ ਸਾਹਮਣੇ ਇਹਨਾਂ ਚੁਣੌਤੀਆਂ ਨੂੰ ਛੋਟਾ ਮੰਨ ਰਹੇ ਹਨ। ਅੱਜ ਸਾਨੂੰ ਇੱਥੇ 80 ਦਿਨ ਹੋਏ ਆ, ਠੰਡ ਬਹੁਤ ਜ਼ਿਆਦਾ ਵੱਧ ਗਈ ਅਤੇ ਆਉਣ ਵਾਲੇ ਦਿਨ ਜਿਹੜੇ ਹੋਰ ਠੰਡ ਦੇ ਵਿੱਚ ਬਰਫ਼ ਵੀ ਪੈਣੀ ਹੈ, ਪਰ ਹੌਸਲੇ ਸਾਡੇ ਬੁਲੰਦ ਆ। ਅਸੀਂ ਜਦੋਂ ਤੱਕ ਕੋਈ ਮਤਲਬ ਕੁਛ ਇੱਕ ਇੱਕ ਮਤਲਬ ਸਾਡੀਆਂ ਜਿਹੜੀਆਂ 4 ਮੰਗਾਂ ਆ ਉਹਨਾਂ 'ਚੋਂ ਘੱਟੋ ਘੱਟ ਸਾਡੀ 1 ਜਾਂ 2 ਮੰਗਾਂ ਅਸੀਂ ਮਨਵਾ ਕੇ ਹੀ ਉੱਠਣਾ ਆ, ਅਤੇ ਉਹਦੇ ਲਈ ਅਸੀਂ ਸਾਡੇ ਇਰਾਦੇ ਅੱਜ ਵੀ ਦ੍ਰਿੜ ਨੇ ਅਤੇ ਅਸੀਂ ਕਾਇਮ ਹਾਂ। ਨਵਜੋਤ ਨੇ ਦੱਸਿਆ ਕਿ ਇਸ ਧਰਨੇ 'ਤੇ ਬੈਠੇ ਵਿਦਿਆਰਥੀ PR ਦੀ ਭੀਖ ਨਹੀਂ ਮੰਗ ਰਹੇ, ਜਦਕਿ ਉਹ ਪ੍ਰਕਿਰਿਆ ਵਿੱਚ ਸੁਧਾਰ ਚਾਹੁੰਦੇ ਹਨ। ਸਾਡੇ 'ਚ ਜਿੰਨੇ ਵੀ ਬੈਠੇ ਹਾਂ ਅਸੀਂ ਸਾਰੇ ਐਲੀਜੀਬਲ ਹਾਂ, ਕੋਈ ਇੱਕ ਸਟਰੀਮ 'ਚ ਐਲੀਜੀਬਲ ਹੈ, CEC 'ਚ ਕੋਈ ਉਸ ਤੋਂ ਵੀ ਵੱਧ ਟਾਰਗੇਟ ਕਰ ਰਹੇ ਆ, ਸਾਡੇ ਸਾਰਿਆਂ ਦੇ ਵਧੀਆ ਸਕੋਰ ਆ, ਐਵਰੀਥਿੰਗ ਇਜ਼ ਫਾਈਨ, ਬਟ ਫਿਰ ਵੀ ਕਿਉਂਕਿ ਜਿਹੜੇ ਡਰੋਜ਼ ਹੈ ਉਹ ਅਨਰੀਜ਼ਨੇਬਲੀ ਹਾਈ ਸਕੋਰ 'ਤੇ ਜਾ ਰਹੇ ਆ, ਉਹ ਸਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ, LMIA ਜਾਂ ਹੋਰ ਕਿਸੇ ਰੀਜ਼ਨਸ ਕਰਕੇ, ਅਤੇ ਅਸੀਂ ਉਸ ਦੇ ਖਿਲਾਫ਼ ਹੀ ਇੱਥੇ ਬੈਠੇ ਹਾਂ ਕਿ ਇਹ ਗਲਤ ਆ। ਕਮ ਸੇ ਕਮ ਇੱਕ ਫੇਅਰ ਚਾਂਸ ਸਾਰਿਆਂ ਨੂੰ ਮਿਲਣਾ ਚਾਹੀਦਾ,
ਅਤੇ ਬਾਕੀ ਔਖਾ ਤਾਂ ਹੈ ਬਿਲਕੁਲ। ਇੱਥੇ ਜਿੱਦਾਂ ਸੜਕ ਹੀ ਆਏ ਅਤੇ ਸਾਨੂੰ ਵਾਸ਼ਰੂਮ ਵੀ ਕਿਤੇ ਰੈਸਟੋਰੈਂਟ ਜਾਂ ਸੜਕ ਪਾਰ ਕਰਕੇ ਕਿਤੇ ਜਾਣਾ ਪੈਂਦਾ ਅਤੇ ਠੰਡ ਦੇ ਵਿੱਚ ਉਹ ਵੀ ਔਖਾ, ਇੱਥੇ ਬੈਠਣਾ ਹੀ ਇਟਸੈਲਫ ਔਖਾ ਹੈ, ਜੋਬ ਛੱਡਣੀਆਂ ਵੀ ਔਖੀਆਂ, ਜੋਬ ਦੇ ਨਾਲ ਘਰ ਮੈਨੇਜ ਕਰਕੇ ਫਿਰ ਇੱਥੇ ਆਉਣਾ ਆਪਣਾ ਕੰਟਰੀਬਿਊਟ ਕਰਨਾ ਉਹ ਵੀ ਔਖਾ ਆ। ਸਿਸਟਮ ਦੀਆਂ ਕਥਿਤ ਗਲਤੀਆਂ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਅਤੇ ਕਾਮਿਆਂ ਨੇ ਭਾਈਚਾਰੇ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਇਹ ਉਹੀ ਬੱਚੇ ਹੈ ਜਿਹੜੇ ਇਸ ਕਮਿਊਨਿਟੀ ਦੇ ਵਿੱਚ ਬਿਲੀਅਨ ਡਾਲਰ ਲੈ ਕੇ ਆਉਂਦੇ ਆ ਐਵਰੀ ਈਅਰ, ਅਤੇ ਇਹ ਕੋਈ ਉਹ ਨਹੀਂ ਆ ਵੀ ਜਿਹੜੇ ਪਲਾਜ਼ਿਆਂ 'ਚ ਜਾ ਕੇ ਹੱਲਾ ਖੁੱਲਾ ਕਰਦੇ ਆ ਜਾਂ ਕੋਈ, ਇਹ ਉਹ ਨਹੀਂ ਆ, ਇਹ ਮਿਹਨਤ ਕਰਨ ਵਾਲੇ ਆ ਸਾਰੇ, ਡਬਲ ਡਬਲ ਸ਼ਿਫਟਾਂ ਕਰਕੇ ਆਪਣੀਆਂ ਫੀਸਾਂ ਭਰਦੇ ਆ, ਇੱਥੇ ਇਕੋਨਮੀ 'ਚ ਕੰਟਰੀਬਿਊਟ ਕਰਦੇ ਆ, ਅਤੇ ਇਹਨਾਂ ਦੀ ਕੋਈ ਗਲਤੀ ਨਹੀਂ ਹੈ। ਜੇ ਕੋਈ ਕਿਸੇ ਕਾਰਨ ਕਰਕੇ ਇੰਨਾ ਬੈਕਲੋਗ ਹੋ ਗਿਆ ਕੈਨੇਡਾ ਦੇ ਇਮੀਗ੍ਰੇਸ਼ਨ ਦਾ, ਤਾਂ ਉਹ ਸਿਸਟਮ ਦੀ ਪ੍ਰੋਬਲਮ ਆ, ਅਤੇ ਉਹਦੀ ਸਿਸਟਮ ਦੀ ਪ੍ਰੋਬਲਮ ਦੀ ਵਜ੍ਹਾ ਨਾਲ ਇਹਨਾਂ ਬੱਚਿਆਂ ਨੂੰ ਜਿਹੜੀ ਆ ਉਹ ਸਜ਼ਾ ਨਹੀਂ ਮਿਲਣੀ ਚਾਹੀਦੀ। ਸੁਖਪਾਲ ਸਿੰਘ ਔਲਖ, ਓਮਨੀ ਨਿਊਜ਼, ਬਰੈਂਪਟਨ।